सब्सक्राइब करो चढ़दिकला टाइम टीवी नू ते लेटेस्ट अपडेट पाउन लई प्रेस करो बेल आइकन। ਸਤਿ ਸ਼੍ਰੀ ਅਕਾਲ ਚੜ੍ਹਦੀਕਲਾ ਟਾਈਮ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਪ੍ਰੋਗਰਾਮ ਖਬਰ ਤੇ ਨਜ਼ਰ ਵੀ ਡਾਕਟਰ ਹਜਿੰਦਰ ਵਾਲੀਆ, ਮੈਂ ਤੁਹਾਡਾ ਰਮਨ ਬਾਜਵਾ ਪਿੰਡਰ। ਦਰਸ਼ਕੋ, ਇਸ ਪ੍ਰੋਗਰਾਮ ਰਾਹੀਂ ਤੁਹਾਨੂੰ ਦੇਸ਼ ਦੁਨੀਆਂ 'ਚ ਵਾਪਰੀ ਹਰ ਖਬਰ ਦੀ ਜਾਣਕਾਰੀ ਮਿਲਦੀ ਹੈ ਅਤੇ ਇਹਨਾਂ ਖਬਰਾਂ 'ਤੇ ਵਿਸਥਾਰ ਜਾਣਕਾਰੀ ਲਈ ਮੇਰੇ ਨਾਲ ਹਰ ਵਾਰੀ ਤਰ੍ਹਾਂ ਵਾਲੇ ਸਾਹਿਬ ਸਟੂਡੀਓ 'ਚ ਮੌਜੂਦ ਨੇ। ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਉਹਨਾਂ ਦਾ ਨਿੱਘਾ ਸਵਾਗਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਸਾਹਿਬ, ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਬਸ ਸਭ ਖਬਰਾਂ ਦੀ ਸ਼ੁਰੂਆਤ ਕਰੀਏ ਪੰਜਾਬ ਤੋਂ। ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਕਾਸ਼ ਪੁਰਬ ਨੂੰ ਸਾਂਝੇ ਤੌਰ 'ਤੇ ਮਨਾਉਣ ਲਈ ਹੋਏ ਆਮੋ ਸਾਹਮਣੇ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਲਗਾਏ ਗਏ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਦਿਆਂ ਇਹ ਇਲਜ਼ਾਮ ਲਗਾਇਆ ਕਿ ਸ਼੍ਰੋਮਣੀ ਕਮੇਟੀ ਸਾਂਝੇ ਤੌਰ 'ਤੇ ਮਨਾਉਣ ਲਈ ਗੰਭੀਰ ਨਹੀਂ ਜਾਪਦੀ। ਦੇਖੋ, ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜੀ ਆਦੇਸ਼ ਦਿੱਤਾ ਕਿ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਇਕੱਠੇ ਹੋ ਕੇ ਮਨਾਵੇ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਜੀ। ਦੋਨਾਂ ਨੇ ਕਿਹਾ, ਸਰਕਾਰ ਨੇ ਵੀ ਅਤੇ ਕਮੇਟੀ ਨੇ ਵੀ, ਕਿ ਮਨਾਵਾਂਗੇ ਇਕੱਠੇ ਹੋ ਕੇ। ਜਿਹੜੇ ਗੁਰਦੁਆਰੇ ਦੇ ਅੰਦਰਲੇ ਕੰਮ ਨੇ ਗੁਰੂ ਘਰ ਦੇ ਜਾਂ ਪੰਡਾਲ ਦੇ ਵਿੱਚ, ਉਹ ਕੰਮਾਂ ਦੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਦੀ, ਮਤਲਬ ਦੇਗ ਤਿਆਰ ਕਰਨੀ, ਕੀਰਤਨ, ਪਾਠ, ਆਨੰਦ ਸਾਹਿਬ, ਅਰਦਾਸ, ਕਿਵੇਂ, ਇਹ ਸਾਰਾ ਕੁਛ ਇਹ ਇਹਨਾਂ ਨੇ ਦੇਖਣਾ ਜੀ। ਬਾਹਰਲੇ ਕੰਮ ਸਰਕਾਰ ਰੂਟ ਦੇਣਾ, ਲੋਕਾਂ ਨੇ ਆਉਣਾ, ਟ੍ਰੈਫਿਕ ਦਾ ਇੰਤਜ਼ਾਮ, ਜਿਹੜੇ ਬਾਹਰੋਂ ਲੋਕਾਂ ਨੇ ਉਹਨਾਂ ਦੇ ਲਈ ਰਿਹਾਇਸ਼ ਦਾ ਪ੍ਰਬੰਧ, ਅਤੇ ਜਿਹੜੇ ਪੰਡਾਲ ਬਾਹਰ ਲਾਉਣਾ ਉਹਦਾ ਪ੍ਰਬੰਧ ਸਰਕਾਰ ਦਾ। ਕੰਮ ਵੰਡ ਲਏ ਸੀ, ਫਿਰ ਨਹੀਂ ਇਕੱਠੇ ਹੋਏ, ਫਿਰ ਇਹ ਕਿਹਾ ਗਿਆ ਵੀ ਇਕੱਠੇ ਹੋਣ ਲਈ ਇੱਕ ਤਾਲਮੇਲ ਕਮੇਟੀ ਬਣਾ ਲਓ। ਸ਼੍ਰੋਮਣੀ ਕਮੇਟੀ ਨੇ ਤੋਤਾ ਸਿੰਘ ਅਤੇ ਸਾਬਕਾ ਪ੍ਰਧਾਨ ਐੱਚ ਪੀ ਦੀ ਜਗੀਰ ਕੌਰ, ਇੱਕ ਹਰੀਆਂ ਵੇਲਾਂ ਵਾਲੇ ਨੇ ਲਿਆ। ਇੱਧਰੋਂ ਸੁਖਜਿੰਦਰ ਸਿੰਘ ਰੰਧਾਵਾ, ਓ ਪੀ ਸੋਨੀ ਔਰ ਚੰਨੀ, ਚਰਨਜੀਤ ਸਿੰਘ ਚੰਨੀ, ਇਹ ਸਰਕਾਰ ਵੱਲੋਂ ਧਾਰਮਿਕ ਕਮੇਟੀ 'ਚ ਇੱਕ ਸਿੱਖ ਵਿਦਵਾਨ। ਹੁਣ ਹੋਇਆ ਕਿ ਸ਼੍ਰੋਮਣੀ ਕਮੇਟੀ ਨੇ ਦੋ ਵਾਰ ਮੀਟਿੰਗ ਕੀਤੀ, ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਗਿਆ। ਗੋਬਿੰਦ ਸਿੰਘ ਲੌਂਗੋਵਾਲ ਨੇ ਇਹ ਕਿਹਾ ਕਿ ਸਰਕਾਰ ਗੰਭੀਰ ਨਹੀਂ, ਦੋਸ਼ ਲਾਇਆ ਕਿ ਅਸੀਂ ਉਡੀਕਦੇ ਰਹਿੰਦੇ ਹਾਂ, ਇਹ ਨਹੀਂ ਆਉਂਦੇ, ਇਹ ਸਾਡੇ ਨਾਲ ਸਾਂਝੇ ਤੌਰ 'ਤੇ ਮਨਾਉਣਾ ਨਹੀਂ ਚਾਹੁੰਦੇ। ਇਨ ਬਿਟਵੀਨ ਕਹਿ ਤਾਂ ਐਸ ਜੀ ਪੀ ਸੀ ਇਹ ਰਹੀ ਹੈ ਵੀ ਇਹ ਨਹੀਂ ਮਨਾਉਣਾ ਚਾਹੁੰਦੇ ਜੀ, ਲੇਕਿਨ ਜਦੋਂ ਵੀ ਕੋਈ ਵੱਡੇ ਬੰਦੇ ਕੋਲ ਜਾਣਾ ਇਨਵਾਈਟ ਕਰਨ, ਉਦੋਂ ਸੁਖਬੀਰ ਸਿੰਘ ਬਾਦਲ, ਗੋਬਿੰਦ ਸਿੰਘ ਲੌਂਗੋਵਾਲ ਅਤੇ ਹੋਰ ਬੰਦੇ ਪ੍ਰਧਾਨ ਮੰਤਰੀ ਮੋਦੀ ਕੋਲ, ਰਾਸ਼ਟਰਪਤੀ ਕੋਲ ਜਾਂ ਕਿਤੇ ਹੋਰ ਜਾਂਦੇ ਨੇ। ਸਰਕਾਰ ਕਹਿੰਦੀ ਜੇ ਮਨਾਉਣਾ ਇਕੱਠੇ ਤਾਂ ਇਨਵਾਈਟ ਵੀ ਇਕੱਠੇ ਕਰੀਏ, ਫਿਰ ਉਹ ਇਨਵੀਟੇਸ਼ਨ ਅਲੱਗ ਅਲੱਗ ਦੇਣ ਲੱਗ ਗਏ। ਕੈਪਟਨ ਸਾਹਿਬ ਨੇ ਸੋਚਿਆ ਵੀ ਜੇ ਇਹ ਕਰਦੇ ਅਸੀਂ ਵੀ ਆਪਦਾ ਦੇਖਾਂਗੇ, ਫਿਰ ਇਹ ਕੈਪਟਨ ਸਾਹਿਬ ਕੋਲ ਚਲੇ ਗਏ। ਲੌਂਗੋਵਾਲ ਕੈਪਟਨ ਕੋਲ ਇਹ ਕਹਿ ਕੇ ਵੀ ਗਿਆ ਕਿ ਤੁਸੀਂ ਬਈ ਸਾਡੇ ਨਾਲ ਤਾਲਮੇਲ ਕਮੇਟੀ ਬਣਾਓ। ਹੁਣ ਜਿਹੜੀ ਪਰਸੋਂ ਮੀਟਿੰਗ ਹੋਈ, ਜਦੋਂ ਇਹਨਾਂ ਨੇ ਇਲਜ਼ਾਮ ਲਾਇਆ ਵੀ ਸਰਕਾਰ ਨੇ ਸੀਰੀਅਸ, ਤਾਂ ਮੈਨੂੰ ਹੈਰਾਨੀ ਹੋਈ ਵੈਸੇ ਕਿ ਖੁਦ ਮੁੱਖ ਮੰਤਰੀ ਨੇ ਇਹਨੂੰ ਨਕਾਰਿਆ, ਦੋਸ਼ ਨੂੰ ਰੱਦ ਕੀਤਾ। ਨਾ ਸਿਰਫ ਰੱਦ ਕੀਤਾ ਬਲਕਿ ਇਹ ਕਿਹਾ ਕਿ ਸ਼੍ਰੋਮਣੀ ਕਮੇਟੀ ਬਿਲਕੁਲ ਗੰਭੀਰ ਨਹੀਂ, ਅਸੀਂ ਤਾਂ ਆਲਰੇਡੀ ਤਿੰਨ ਬੰਦੇ ਜਿਹੜੇ ਨੇ ਦਿੱਤੇ ਹੋਏ ਨੇ, ਇਹ ਨਹੀਂ ਸਾਡੇ ਨਾਲ ਸਾਂਝੇ ਤੌਰ 'ਤੇ ਕਰਨਾ ਚਾਹੁੰਦੇ। ਅਤੇ ਫਿਰ ਇਹ ਸਾਰੀ ਲੜਾਈ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਨੂੰ ਪੁੱਛਿਆ ਜਦੋਂ, ਉਹ ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ। ਕੈਪਟਨ ਸਾਹਿਬ ਨੇ ਜਿਹੜੀ ਹੈਰਾਨੀ ਦੀ ਗੱਲ ਆ, ਉਹ ਕਹਿੰਦੇ ਅਸੀਂ ਰੰਧਾਵੇ ਦੀ ਡਿਊਟੀ ਲਾਈ ਹੈ, ਉਹ ਕਹਿੰਦਾ ਮੈਂ ਸਰਕਾਰ ਵੱਲੋਂ ਕੰਮ ਦੇਖ ਰਿਹਾ, ਸ਼੍ਰੋਮਣੀ ਕਮੇਟੀ ਨਾਲ ਗੱਲਬਾਤ ਕਰਨ ਬਾਰੇ ਜੋ ਕੈਪਟਨ ਸਾਹਿਬ ਕਹਿਣਗੇ ਦੇਖ ਲਾਂਗੇ। ਉੱਧਰੋਂ ਇਹ ਵੀ ਕਹਿਤਾ ਵੀ ਉਹਦੇ 'ਚ ਤਾਂ ਬੀਬੀ ਜਗੀਰ ਕੌਰ ਬੈਠੀ ਹੈ, ਇਹੋ ਜਿਹੀ ਜਿਹੜੀ ਬੋਲਬਾਂਡੀ ਵਾਲੀ ਔਰਤ ਨਾਲ ਅਸੀਂ ਨਹੀਂ ਇਕੱਠੇ ਹੋਣਾ। ਬੀਬੀ ਜਗੀਰ ਕੌਰ ਪੈ ਗਈ ਜੀ ਵੀ ਤੁਹਾਨੂੰ, ਤੁਹਾਡੇ ਕੀ ਹੱਕ ਹੈ ਮੇਰੇ 'ਤੇ ਗੱਲ ਕਹਿਣ ਦਾ, ਤੁਹਾਨੂੰ ਸੱਚ ਸੁਣਨ ਦੀ ਜਿਹੜੀ ਹਿੰਮਤ ਨਹੀਂ ਹੈ। ਸੋ ਇਹ ਆਪਸ 'ਚ ਜਿਹੜੀ ਹੈ ਸ਼ੁਰੂ ਹੋਇਆ ਹੋਇਆ ਕੰਮ, ਉੱਧਰੋਂ ਟਾਈਮ ਨੇੜੇ ਆ ਰਿਹਾ। ਔਰ ਮੈਨੂੰ ਤਾਂ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਇਹ ਇੱਕ ਗਰਾਊਂਡ ਬਣ ਰਹੇ ਦੋਨੇ ਤਰ੍ਹਾਂ ਆਪਣੇ ਆਪਣੇ
ਜਿਹੜੇ ਰਸਤੇ ਤੇ ਚੱਲ ਰਹੀਆਂ ਨੇ, ਇਹ ਨਾ ਹੋਵੇ ਕਿ ਦੋਨੇ ਅਲੱਗ ਅਲੱਗ ਮਨਾਉਣ, ਇਹ ਵੀ ਹੋ ਸਕਦਾ। ਦੂਜੀ ਗੱਲ, ਜੇ ਇਕੱਠੇ ਹੋ ਵੀ ਗਏ ਤਾਂ ਮੈਨੂੰ ਤਾਂ ਇਹ ਵੀ ਡਰ ਹੈ ਕਿ ਉੱਥੇ ਸਿੱਖਾਂ ਦਾ ਜਲੂਸ ਨਾ ਨਿਕਲੇ, ਮਤਲਬ ਸਟੇਜ 'ਤੇ ਲੜਾਈ ਝਗੜਾ ਨਾ ਸ਼ੁਰੂ ਹੋ ਜਾਵੇ, ਸਟੇਜ 'ਤੇ ਸਿਆਸਤ ਨਾ ਸ਼ੁਰੂ ਹੋ ਜਾਵੇ। ਪਹਿਲਾਂ ਵੀ ਤਾਂ ਦੇਖਿਆ ਸੀ ਡੇਰਾ ਬਾਬਾ ਨਾਨਕ ਦੇ ਵਿੱਚ, ਪਹਿਲਾਂ ਤਾਂ ਪੱਥਰ ਚੁਕਾਇਆ ਰੰਧਾਵੇ ਨੇ ਵੀ ਇਹਦੇ 'ਚ ਇਹ ਬਾਦਲਾਂ ਦਾ ਨਾਂ ਕਿਉਂ ਹੈ, ਤਾਂ ਉੱਥੇ ਵੀ ਤਾਂ ਜੇ ਹੋ ਸਕਦੀ ਹੈ ਉੱਧਰ ਕਿਉਂ ਨਹੀਂ ਹੋ ਸਕਦੀ। ਔਰ ਬਹੁਤ ਥਾਵਾਂ 'ਤੇ ਦੇਖਿਆ ਦੋ ਲਫ਼ਜ਼ ਬੋਲਦੇ ਨੇ ਗੁਰੂ ਦੇ ਨਾਂ 'ਤੇ, ਸ਼ਹੀਦੀ ਜੋੜ ਮੇਲੇ 'ਤੇ ਅਸੀਂ ਬਹੁਤ ਵਾਰ ਕਿਹਾ ਵੀ ਇਹੋ ਜਿਹਾ ਕੁਛ ਨਾ ਕਰੋ, ਲੇਕਿਨ ਉਹਨੂੰ ਪਤਾ ਹੀ ਨਹੀਂ ਇਤਿਹਾਸ ਦਾ। ਬਹੁਤ ਸਾਰੇ ਲੀਡਰ ਤਾਂ ਉਹ ਤਾਂ ਬਸ ਸੁਣੀ ਸੁਣਾਈ ਗੱਲ ਕਰਕੇ ਉਦੋਂ ਬਾਅਦ ਇੱਕ ਦੂਜੇ 'ਤੇ ਇਲਜ਼ਾਮ ਲਾਉਂਦੇ ਨੇ, ਅਤੇ ਇਹ ਜਿਹੜਾ ਉੱਥੇ ਨਾ ਕਿਤੇ ਹੋ ਜੇ, ਮਤਲਬ ਜੇ ਕਰਨਾ ਕੈਪਟਨ ਸਾਹਿਬ ਇੱਥੇ ਤਾਂ ਤੁਹਾਨੂੰ ਜਿਹੜਾ ਹੈ ਇਕੱਠੇ ਹੋ ਕੇ ਸੱਚਮੁੱਚੀ ਤਾਲਮੇਲ ਕਰਕੇ ਕੰਮ ਕਰਨਾ ਪਏਗਾ। ਰੰਧਾਵਾ ਸਾਹਿਬ ਕਹਿੰਦੇ ਨੇ ਕਿ ਜਿਹੜੀ ਅਸੀਂ ਤਾਂ ਗੱਲ ਕਰਾਂਗੇ ਲੌਂਗੋਵਾਲ ਨਾਲ, ਅਤੇ ਇਹ ਜਿਹੜੀ ਬੀਬੀ ਜਗੀਰ ਕੌਰ ਨੂੰ ਨੰਬਰਦਾਰ ਕਿਉਂ ਬਣਾਇਆ, ਕਿਉਂਕਿ ਜੇ ਹੁਣੇ ਤੋਂ ਇੱਕ ਦੂਜੇ 'ਤੇ ਇਲਜ਼ਾਮ ਲੱਗ ਰਹੇ ਨੇ ਤਾਂ ਫਿਰ ਉਸ ਦਿਨ ਕੀ ਹੋਏਗਾ ਜਿਸ ਦਿਨ ਆਖਰੀ ਅਤੇ ਸਭ ਤੋਂ ਵੱਡਾ ਫੰਕਸ਼ਨ 12 ਨਵੰਬਰ ਨੂੰ ਹੋਏਗਾ। ਸਾਨੂੰ ਸੋਚ ਲੈਣਾ ਚਾਹੀਦਾ, ਹਾਲੇ ਵਕਤ ਪਿਆ, ਜੇ ਨਹੀਂ ਇਕੱਠੇ ਹੋਣਾ ਤਾਂ ਆਪਦੀ ਆਪਦੀ ਤਿਆਰੀ ਕਰੋ। ਲੱਗ ਇਹ ਲੱਗ ਗਿਆ ਕਿ ਸਰਕਾਰ ਅੰਦਰੋਂ ਅੰਦਰ ਹੀ ਆਪਦੀ ਤਿਆਰੀ ਕਰ ਰਹੀ ਹੈ, SGPC ਵੀ ਆਪਦੀ ਤਿਆਰੀ ਵੱਲ ਲੱਗੇ ਹੋਏ ਨੇ, ਇਹ ਹੁਣ ਮਹਿਸੂਸ ਹੋਣ ਲੱਗ ਗਿਆ ਲੋਕਾਂ ਨੂੰ। ਜੀ ਪੁਲਿਸ, ਅਸੀਂ ਅਗਲੀ ਖਬਰ ਲਈਏ ਤਾਂ ਗੁਰਦਾਸਪੁਰ ਦੇ DC ਨਾਲ ਬਸਲੂਕੀ ਦੇ ਮਾਮਲੇ ਵਿੱਚ MLA ਸਿਮਰਜੀਤ ਸਿੰਘ ਬੈਂਸ ਖਿਲਾਫ਼ ਕੇਸ ਦਰਜ। ਦੇਖੋ ਇਹ ਖਬਰ ਅਸੀਂ ਪਿਛਲੇ 3 ਦਿਨ ਤੋਂ ਲੈ ਰਹੇ ਹਾਂ। ਜੀ ਮੈਂ ਉਦੋਂ ਇਹ ਕਿਹਾ ਸੀ ਕਿ ਸਿਮਰਜੀਤ ਸਿੰਘ ਬੈਂਸ ਆਤਮਨਗਰ ਦਾ MLA ਲੁਧਿਆਣੇ ਤੋਂ, ਇਹ ਦੋਨੇ ਭਰਾ ਜਿਹੜੇ ਨੇ ਇਹ ਠੀਕ ਹੈ, ਜਿੱਤਦੇ ਨੇ, ਲੋਕਾਂ ਦੇ ਹੱਕਾਂ ਦੀ ਗੱਲ ਕਰਦੇ ਨੇ, ਔਰ ਪਾਣੀ ਦੇ ਮਸਲੇ ਨੂੰ ਬਹੁਤ ਵਧੀਆ ਤਰੀਕੇ ਨਾਲ ਉਠਾਇਆ, ਸਾਡਾ ਪਾਣੀ ਸਾਡਾ ਹੱਕ, ਬਹੁਤ ਸਾਰੀਆਂ ਗੱਲਾਂ ਸਿਮਰਜੀਤ ਸਿੰਘ ਬੈਂਸ ਦੇ ਹੱਕ 'ਚ ਜਾਂਦੀਆਂ ਨੇ। ਵੱਡੇ ਵਿਰੋਧ ਦੇ ਬਾਵਜੂਦ ਚਾਹੇ ਅਕਾਲੀ ਨੇ, ਭਾਰਤੀ ਜਨਤਾ ਪਾਰਟੀ ਜਾਂ ਕਾਂਗਰਸ, ਇਹ ਦੋਨੇ ਇੰਡੀਪੈਂਡੈਂਟਲੀ ਜਿੱਤ ਲੈਂਦੇ ਨੇ, ਇਹ ਸਾਰੀਆਂ ਗੱਲਾਂ ਸਿਮਰਜੀਤ ਸਿੰਘ ਬੈਂਸ ਦੇ ਹੱਕ ਜਾਂਦੀਆਂ ਨੇ। ਲੇਕਿਨ ਬੈਨੀਪਾਲ ਨੂੰ ਕੁੱਟਣਾ, ਲੋਕਾਂ ਦੇ ਦਫ਼ਤਰਾਂ ਜਾ ਕੇ ਉਹਨਾਂ ਨੂੰ ਮਿਸਬਿਹੇਵ ਕਰਨਾ, ਜਾਂ ਜਿਸ ਤਰ੍ਹਾਂ DC ਨੂੰ ਜਾ ਕੇ ਨਾ ਤੇਰੇ ਬਾਪ ਦਾ ਨਹੀਂ ਤੂੰ ਕੌਣ ਕੀ ਲੱਗਦਾ ਤੈਨੂੰ, ਅਸੀਂ ਸਾਨੂੰ ਹੋਰ ਵੀ ਤਰੀਕੇ ਆਉਂਦੇ ਨੇ, ਇਹਦਾ ਮਤਲਬ ਇਹ ਤਰੀਕਾ ਨਹੀਂ। ਇੱਕ ਲੋਕ ਨੁਮਾਇੰਦਾ ਉਹਨੂੰ ਇੱਕ ਮਰਿਆਦਾ ਔਰ ਸਲੀਕਾ ਜ਼ਰੂਰ ਦੇਖਣਾ ਚਾਹੀਦਾ ਬੋਲਣ ਦਾ, ਖਾਸ ਤੌਰ 'ਤੇ ਗੱਲ ਜਿਹੜੀ ਤਰਕ ਨਾਲ ਜਿੰਨੀ ਮਰਜ਼ੀ ਸਖਤ ਕਹਿ ਲਓ, ਲੇਕਿਨ ਇਹ ਸਖਤ ਬੋਲ ਕੇ DC ਤੋਂ ਕੰਮ ਹੀ ਲੈਣਾ ਸੀ, DC ਨੂੰ ਕਹਿ ਸਕਦੇ ਸੀ ਤੁਸੀਂ ਗਲਤ ਕੰਮ ਕਰ ਰਹੇ ਹੋ, ਲੇਕਿਨ ਇਹ ਵੀਡੀਓ ਵਾਇਰਲ ਹੋ ਗਈ ਔਰ ਵੀਡੀਓ ਵਾਇਰਲ ਨੇ ਫਿਰ ਪਟਵਾਰੀ ਯੂਨੀਅਨ ਇਕੱਠੀ ਹੋ ਗਈ, ਰੌਲਾ ਪੈ ਗਿਆ ਕਿ ਅਸੀਂ ਕੰਮ ਛੱਡ ਹੜਤਾਲ ਕਰਾਂਗੇ, ਅਤੇ ਹੁਣ ਬਟਾਲਾ ਪੁਲਿਸ ਨੇ ਕੇਸ ਦਰਜ ਹੋ ਗਿਆ ਜਿਹਦੇ ਵਿੱਚ ਬੈਂਸ ਕਹਿੰਦਾ ਮੈਂ ਠੀਕ ਕੀਤਾ, ਇਹੋ ਜਿਹੇ ਕੇਸਾਂ ਤੋਂ ਮੈਂ ਨਹੀਂ ਡਰਦਾ। ਉਹ ਡਰ ਡਰਾਉਣ ਦੀ ਗੱਲ ਕੇਸ ਹੁੰਦੇ ਰਹਿੰਦੇ ਹੁੰਦੇ ਨੇ ਸਿਆਸੀ ਬੰਦਿਆਂ ਦੇ, ਲੇਕਿਨ ਸੱਚੀ ਗੱਲ ਬੈਂਸ ਸਾਹਿਬ ਇਹ ਹੈ ਕਿ ਇਹ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਬਹੁਤ ਐਪਰੀਸ਼ੀਏਟ ਹੁੰਦੀ ਜੇ ਤੁਸੀਂ DC ਨੂੰ ਤੂੰ ਕਹਿ ਕੇ ਤੇਰੇ ਬਾਪ ਦਾ ਕਹਿ ਕੇ ਨਾ ਕਰਦੇ, ਤਾਂ ਤੁਹਾਡੇ ਗੱਲ ਦਮ ਉਨਾ ਹੀ ਹੋਣਾ ਸੀ ਤੁਹਾਡੀ ਗੱਲ 'ਚ। ਇਹ ਹਰ ਸਿਆਣਾ ਬੰਦਾ ਇਸ ਗੱਲ ਤੋਂ ਜਿਹੜਾ ਹੈ ਇਸ ਨੂੰ ਕ੍ਰਿਟੀਸਾਈਜ਼ ਕਰਦਾ, ਕਿਉਂ? ਕਿਉਂਕਿ ਜਿਹੜੀ ਬਿਊਰੋਕਰੈਟਸ ਨੇ ਜਿਹੜੇ ਪੜ੍ਹ ਲਿਖ ਕੇ ਹਿੰਦੁਸਤਾਨ ਦਾ ਸਭ ਤੋਂ ਵੱਡਾ ਪਾਸ ਕਰਕੇ ਟੈਸਟ ਆਉਂਦੇ ਨੇ, ਜਿਨ੍ਹਾਂ ਨੇ ਅਸਲੀ ਅਰਥਾਂ 'ਚ ਇਹਨੂੰ ਚਲਾਉਣਾ ਹੁੰਦਾ, ਜੇ ਉਹਨੂੰ ਅਤੇ ਉਹਦੇ ਉਹਨਾਂ ਦੇ ਸਾਹਮਣੇ ਉਹਦੇ ਕਰਮਚਾਰੀਆਂ ਦੇ ਸਾਹਮਣੇ ਤੂੰ ਕਹਿ ਕੇ ਬੁਲਾਓਗੇ ਅਤੇ ਤੁਸੀਂ ਉਹਨੂੰ ਥ੍ਰੈਟ ਕਰੋਗੇ ਵੀ ਦੇਖ ਲਾਂਗੇ ਸਾਨੂੰ ਹੋਰ ਤਰੀਕੇ ਵੀ ਆਉਂਦੇ ਨੇ, ਇਹ ਜਿਹੜਾ ਤਰੀਕਾ ਕਦੇ ਵੀ ਕਿਸੇ ਵੀ ਲੋਕਤੰਤਰ 'ਚ ਠੀਕ ਨਹੀਂ ਮੰਨਿਆ ਜਾ ਰਿਹਾ। ਅਤੇ ਇਹੀ ਕਾਰਨ ਹੈ ਮੈਂ 8 ਸਾਲ ਡਾਇਰੈਕਟਰ IAS ਟ੍ਰੇਨਿੰਗ ਸੈਂਟਰ ਰਿਹਾ, ਮੈਨੂੰ ਸਟੂਡੈਂਟ ਆ ਕੇ ਕਹਿੰਦੇ ਸੀ ਕਿ ਸਰ ਅਸੀਂ ਸਾਡੇ 'ਚ ਪੋਲੀਟੀਕਲ ਇੰਟਰਫੀਰੈਂਸ ਕਿੰਨੀ ਕੁ ਹੁੰਦੀ ਹੈ ਜੇ ਜਦੋਂ ਅਸੀਂ ਸਿਵਲ ਸਰਵੈਂਟ ਬਣ ਜਾਂਦੇ ਹਾਂ। ਅਤੇ ਮੈਂ ਕਹਿੰਦਾ ਹੁੰਦਾ ਕਿ ਬਈ ਤੁਸੀਂ ਬਈ ਜੇ ਆਪਣੇ ਕਾਨੂੰਨ ਮੁਤਾਬਕ ਕੰਮ ਕਰੋਗੇ ਕੋਈ ਦਖਲ ਅੰਦਾਜ਼ੀ ਨਹੀਂ, ਜੇ ਤੁਸੀਂ ਵੀ ਕੋਈ ਫਾਇਦੇ ਲੈਣੇ ਨੇ ਫਿਰ ਤੁਹਾਨੂੰ ਉਹਨੇ ਹੀ ਦਖਲ ਅੰਦਾਜ਼ੀ ਲੋਕਾਂ ਦੀ ਮੰਨਣੀ ਪਊ ਅਤੇ ਮੰਨਣੀ ਪੈਂਦੀ ਹੈ। ਮੈਨੂੰ ਹੈਰਾਨੀ ਹੋਈ ਇੱਕ ਵਾਰ ਮੈਂ ਇੱਕ MLA ਮਿਨਿਸਟਰ ਦੇ ਕੋਲ ਬੈਠਾ ਅਤੇ ਉਸ ਬੰਦੇ ਨੇ SSP ਨੂੰ ਫੋਨ ਕੀਤਾ, ਫਲਾਣੇ ਸਿੰਘ ਨੂੰ ਉੱਥੇ ਲਾ ਦਿਉ, ਫਲਾਣੇ ਸਿੰਘ ਨੂੰ ਉੱਥੇ ਲਾ ਦਿਉ, ASC ਬਦਲ ਦਿਉ, ਮੁਨਸ਼ੀ ਬਦਲ ਦਿਉ। ਮੈਂ ਕਿਹਾ ਜੇ ਇਹ ਮੰਤਰੀ ਨੇ ਬਦਲਣਾ ਤਾਂ ਫਿਰ SSP ਦਾ ਕੰਮ ਕੀ ਰਹਿ ਗਿਆ? ਅਤੇ ਬਾਅਦ 'ਚ ਪਤਾ ਲੱਗਿਆ
कि एस एस पी ने उसे डिस्ट्रिक्ट लगन लई उस मंत्री का जोड़ा है सहारा लिया होया सी। सो असी उन्होंने इंडिपेंडेंट काम कर दईए, आप असी लोगों की गल करिए, गल वधिया होएगी। लेकिन ये ट्रेंड वधिया नहीं लोगों के इस तरह खास तौर पर बड़े अफसर की गल पैना। बिल्कुल जी, माड़ी शब्दावली तो अपन गुरेज करना चाहिए। बटाला के डीसी नाल बसलूकी का मामला तो ये गल्ला जड़िया ने हुण शुरू हो चुकी ने। हुण फिरोजपुर के कस्बा जीरा के SDM नरिंदर सिंह धारीवाल नूं तां नहर विच सुट्टण की कोशिश की गई है, तो उधर किसान तो जो प्रशासनिक अधिकारी ने आमो सामने हो गए ने। हाँ तुसी ठीक कह रहे हो, बड़ा अजीब किस्म की डिवेलपमेंट है। मैं पहला तो ही कह रहा लगातार कह रहा कि हर बंदे नूं आपदा आपदा काम करना चाहिए जी। हाँ मैं पहले कहा कि सिस्टम ठीक नहीं, कोई भी सिस्टम ठीक नहीं, ये नहीं गल है। करप्शन भ्रिष्टाचार इन्ना ज़्यादा बढ़ गया, लोग दुखी ने, लोग लड़ रहे ने, राहत समगरी जिहड़ी है वो नहीं सही बंडी जा रही जी। उहदे च वी हेराफेरी बितकरा हो रहा है, पेंशनां च बहुत कुछ हो रहा है, इस कोई दोरावा नहीं। और पर इसके बावजूद एक नवी डिवेलपमेंट खतरनाक है लॉ एंड ऑर्डर के मामले। होया की है फिरोजपुर के जीरा जीरे के नाल मखू ये एरिया जोड़ा है ना 88 के इतने बहुत नुकसान होया, बंद टुटे से कई थामा तो होया, जिमें लोहिया खास होया इस बार जो रोपड़ के हो जदों मैं देखिया, मैं बड़ी मुश्किल ना DT-14 के ट्रैक्टर के चढ़ के गया से, मेरे भाई साहब उत्थे होंदे से उन्हां दा नाच 88 के फ्लड का मैं हाल अपनी अखी देखे। वो DT-14 उच्चा ट्रैक्टर होंगे, ठिक ठिक करता पानी च नहीं आप, बाकी तो पानी चल ही नहीं सकते, दस फुट तक भी कई थावान। हुण उत्थे की होया, किसान दुखी सी, बंद लगातार लोग लगे हुए ने बनाउन, फौज भी आई, लोगों नूं लगता कि सरकार ये काम नूं करना चाहिए सी, सरकार ने टाइम सिर नहीं किया। गल ठीक है, 40-45 पिंडां नूं खतरा है, उहदे च लोग दुखी ने, इहदे च कोई दो रावा नहीं। फसलां खराब हो गई, रहण दा जिहड़ा है बहुत मुश्किल हो जाता है। इहो जिहे हालात दे विच जदों लोग दुखी ने, SDM उत्थे चला गया, SDM गया आपदी ड्यूटी करन, जायजा लैन, तो जायजा लैन वेले थोड़ा जिहा तकरार होया, किसानां ने उहनूं बंधक बना लिया। हुण उह इल्जाम लाउंदा जिहड़ा SDM खुद कि मैनू सिर बंधक नहीं बुलाया, मैनू तां इह इहनां ने चक के जीप सने सतलुज सट्टण की गल की। चलो होई जां नहीं जां, इक ने बोलता होगा, लेकिन जिहड़ी डिवेलपमेंट है कि हुण DC दफ्तर के कर्मचारी जिहड़े फिरोजपुर के ने और दूजे पासे किसान, वह कहिंदे मामला दर्ज करो किसानां ते जिन्हां ने इसनूं बंधक बनाया, तो वो कहिंदे किसान कट्ठे हो कहिंदे भी जे साडे ते नजायज़ केस बनाया तो असी देखांगे तुहानूं। जिहड़ी हालात इस तरह के गड़बड़ होए हुए ने, जिवें कल होया जदों बंद के दौरान वाल्मीकि भाईचारे का जिहड़ा बंद सी, उहदे दौरान जिहड़े बंदे ने गोली चलाई वह कहिंदा मैं तां किसी नूं बचाउण लई चलाई, तो तुसी मतलब मेरे साडे ते, वो पठाने के सामने एक पासे केस दर्ज दूजे पासे चढ़ाउण वाले, यही गल उत्थे हो रही है। जिहड़ी सिमरत सिंह बैंस की पटवार यूनियन तो सारे दफ्तर उहदे खिलाफ़ हो गया भी केस दर्ज कर दिओ कि नहीं असीं हड़ताल ते जाणे आ, तो ये भी सुनिया गया है कि हुण पंजाब लैवल ते भी हड़ताल की गल कर्मचारियों ने की है। सो जे आपस च टकराव होने शुरू होए ये जिहड़ी स्थिति कोई ज़्यादा ठीक नहीं। तो ये सचमुच ही वार बार कहना, हर बंदे नूं आपदी सीमा च रह के गल करनी चाहिए है। दुख बहुत है, संताप हटा रहे हैं, सिस्टम जिहड़ा है बेरोजगारी है, भ्रिष्टाचार है, इहदे च कोई दोरावा नहीं कि असी इस माड़े सिस्टम तो बहुत औखे हैं जी। ਉਹਨਾਂ ਸਾ ਉੱਧਰ ਲੌਂਗੀਆ ਖਾਸ ਵਿੱਚ ਕਾਂਗਰਸੀ MLA ਲਾਡੀ ਸ਼ੇਰੋਵਾਲੀਆ ਦੇ PA ਦੇ ਇਲਜ਼ਾਮ ਲੱਗੇ ਨੇ ਕਿ ਰਾਹਤ ਸਮੱਗਰੀ ਦੇਣ ਸਮੇਂ ਵਿਤਕਰਾ ਕੀਤਾ ਜਾਂਦਾ ਹੈ, ਕਾਂਗਰਸੀਆਂ ਨੂੰ ਸਮੱਗਰੀ ਦਿੱਤੀ ਜਾਂਦੀ ਹੈ ਜਦਕਿ ਅਕਾਲੀਆਂ ਅਤੇ ਦੂਸਰੇ ਲੋਕਾਂ ਨੂੰ ਨਹੀਂ ਦਿੱਤੀ ਜਾਂਦੀ। ਮੈਂ ਬਹੁਤ ਵਾਰ ਕਿਹਾ ਕਿ ਵੀਡੀਓ ਵੀ ਜੋ ਹੈ ਉਹ ਵਾਇਰਲ ਹੋਈ ਹੈ, ਮੈਂ ਦੇਖਿਆ ਉਹ ਜੀ। ਅਸਲ ਅੱਜ ਕੱਲ੍ਹ ਸੋਸ਼ਲ ਮੀਡੀਆ, ਨਿਆਣੇ ਸਿਆਣੇ ਵੀ ਹੋ ਗਏ ਥੋੜ੍ਹੇ ਜਿਹੇ। ਹੁਣ ਲਾਡੋ ਸ਼ੇਰੋਵਾਲੀਆ ਦਾ PA ਉੱਥੇ ਬੈਠਾ ਹੈ, ਤਾਂ ਜਿਹੜੀ ਰਾਹਤ ਸਮੱਗਰੀ ਦੇਣੀ ਹੈ ਅਤੇ ਜਿਹੜੇ ਬੰਦਿਆਂ ਦਾ ਨੁਕਸਾਨ ਹੋਇਆ ਸਭ ਨੂੰ ਦਿਓ ਤੁਸੀਂ। ਇਹ ਪਹਿਲਾਂ ਵੀ ਲੜਾਈ ਹੋਈ, 6 ਬੰਦੇ ਉਦੋਂ ਜ਼ਖਮੀ ਹੋਏ ਸੀ
कि उत्थे बितकरा जिहड़े बंदे सुके पासे वाले ओह लै जांदे ने, जिहड़े असली बेचारे छत्तां ते चढ़े बैठे सन उहनां नूं पानी भी नहीं पहुँचदा सी, लोड़वंद लोग जिहड़े वांझे रहि जांदे ने। तो इत्थे भी होया, इत्थे उहने कहता उहनूं दिओ जी इहनूं दे दे भाई, इशारे करी जांदा। हुण एम एल ए दा पी ए है कांग्रसी जिहड़े जिन्हां तों वोटां लैणियां ने जां जिस तों वोटां लईआं ने उहनां दी मदद कर रहा, पर इत्थे तां सियासत नहीं होणी चाहीदी, नुकसान तां सब दा इक्को जिहा होया। बिल्कुल जी, इस ते उन्हें फिल्म बनाउणी वीडियो बनाउणी शुरू करती। एक मुंडे ने जो कंग उहदा नाम सोनू कंग शायद, तो उहनूं उह पै गया तो वीडियो च नज़र आउंदा, तू बंद कर कि मैं तेरे चपेड़ मारूँ, मतलब हथों पाई हुंदा उह बंदा, हाले तां गायब है, आप उह भज गया। हुण इह जिहड़ा कुछ उत्थे भी सियासत चलदी है, तां तुसीं देखो ना साडे तां हाल इह होया पिआ है वी कोई थां तां असीं छड्ड दईए जिथे असी वितकरा सियासत पक्षपात ना करिए। बिल्कुल जी, तो पक्षपात का हर हीले मतलब हर थां ते मतलब ये काम मैं देख रहा हैं। और मैं तो होर मैं किसी लीडर दे इत्थे संस्कार ते गया ते उत्थे मैं देखिया कि जेडे पार्टी नालों संबंधित सी उस बंदियां नूं लै के ज़्यादा फोटो खिचाईआं, डेड बॉडी दी फोटो लई धक्काजोरी मैं हुंदी देखी कि सब नूं पता भी आखिर इत्थे ही जाणा, पर असी लगे हुए इसे पास। बिल्कुल, सो असी वधीए तां सीनियर वकील ते केंद्रीय मंत्री राम जेठमलानी दा होया देहांत। देखो जी, राम जेठमलानी दे 95-96 साल की उम्र च जाण दा सचमुच इस करके बड़ा दुख है कि इस किस्म दे लोग, इस नस्ल दे लोग हुण बहुत घट मिलणगे। राम जेठमलानी वह बंदा है जिहड़ा 17 साल की उम्र च लॉ कर जांदा है। बिल्कुल जी, जिहनी लॉ करन लई 3 साल पहला कर गया जिहनी उम्र निर्धारित सी, स्कूल दे विच जंप लैंदा, इन्ना होशियार विद्यार्थी सी, पाकिस्तान दा जिहड़ा सिंध है ना उत्थे पैदा होया सी, सिंधी सी बेसिक जी। हुण इह सिंधी सियाणा बहुत सी और 17 साल की उम्र च कहिंदा मैं तो प्रैक्टिस करनी है, उह कहिंदे साडे तां कानून ही नहीं, तूं तां बच्चा हले, वो कहते बच्चा क्यों है तू, मेरा इन्हें केस करता, आपका केस खुद लड़िया तो कानून बदलना पाया इनू प्रैक्टिस कराने लिए, ये बंदा से और यहोजे केस ले जिहड़ा कोई मतलब बड़े विवादित केस ले, जिहड़ा केस कोई लड़न हथ नहीं पाता सी, एक सिंधी वालों केस लड़िया जा रहा है केर सिंह ते सतपंत सिंह जी, हर्षद मेहता का केस ने लड़िया, मैं कहना जिन्हें भी विवाद केस किसी को नहीं, तो सब तो महंगा वकील से यह। फिर आ गई एमरजेंसी, एमरजेंसी जिस तरीके इन्हें विरोध किया एमरजेंसी का तो वह भी कमाल सी, ये तो केस इनू फड़न लई वारंट जारी करते, यह भज गया, भज के कनेडा चला गया, 9 महीने कनेडा रहा, कनेडा जाके इसने उतों विरोध किया एमरजेंसी का, दब के जदों एमरजेंसी हटी आके ये इलैक्शन लड़ी जित गया, पॉलिटिक्स आ गया। अटल बिहारी वाजपेई की सरकार च 2 बार मंत्री रहा तो उस बाद वाजपेई नाल बनी नहीं, जिहड़ा प्रधानमंत्री है उहदे ते नाल बनदी नहीं सी, ते 4 दी इलैक्शन उहदे खिलाफ लड़ी जाके लखनऊ तो राज्यसभा मैंबर भी रहे, वो तो बहुत बार राज्यसभा लोकसभा रहा, 85 च सुनील दत्त तो हारिया सी, ते लेकिन जी गल मैं दस दें कि असल में यह सी लाल कृष्ण अडवाणी का दोस्त, दोनों सिंधी सी, ये भी सिंधी है, लाल फॉर्म उम्र से 92 साल का है, 96 का सी, वकील तकड़ा सी, सियाणा सी, पॉलिटिक्स बड़ा काम, ये तो इन्हें तो अपनी पार्टी भी बनाई सी, राष्ट्रपति बनना चाहता सी, बड़ा कुछ करना चाहता सी और बड़ा कुछ किया, बड़ी उम्र भोग के गया और एक पैसा जिंद जेब च नहीं सी जदों पाकिस्तान पार्टीशन वालों बंबे पहुँचे, जिहड़ा कैंपा च रह के जिहड़ा बंदा सी वो बंदा इस लैवल तक पहुँचे, इस करके मैं शुरू च कहा सी कि इस नसल दे बंदे जिहड़े खत्म हो रहे ने, लगातार असी देख रहे हैं कि वह बंदे जिहड़ी बड़ी मेहनत नाल जिहड़े अपने बल बूते दे जिहड़े अपने दम ते जिन्हां ने वो कम किए जिहड़े कम करन लई अज कोई बापू का सहारा लैंदा है, कोई करप्शन का सहारा लैंदा है, तो ये उन्हां चों नहीं, ये उस पुराने किस्म के लोग सी जिन्हां ने देश दे विच एक वक्री किस्म की
ਜਿਹੜੀ ਜਮਾਤ ਜਿਹੜੀ ਸੱਚ ਇਹ ਗੱਲ ਵੀ ਆਪਣੇ ਆਪ 'ਚ ਚਾਹੇ ਹਰਸ਼ਦ ਮਹਿਤਾ ਦਾ ਕੇਸ ਹੈ ਤਾਂ ਹੁਣ ਲੋਕ ਕਹਿੰਦੇ ਨੇ ਕਿ ਤੁਸੀਂ ਇਹ ਕ੍ਰਿਮੀਨਲ ਬੰਦਿਆਂ ਦੇ ਕੇਸ ਕਿਉਂ ਲੈ ਰਹੇ ਹੋ ਜੀ ਲੋਕ ਇਹ ਕਹਿੰਦੇ ਨੇ ਕਿ ਤੁਸੀਂ ਹਿੰਦੂ ਹੈ ਉਹ ਅਤੇ ਉਹ ਕਹਿੰਦਾ ਵੀ ਤੂੰ ਸਿੱਖਾਂ ਦਾ ਕੇਸ ਕਿਉਂ ਲੜ ਰਿਹਾ ਇਹ ਪਰਵਾਹ ਨਹੀਂ ਕੀਤੀ ਇਹਦਾ ਮਤਲਬ ਹੌਸਲਾ ਸੀ ਇੰਦਰਾ ਗਾਂਧੀ ਦੇ ਖਿਲਾਫ਼ ਜਿੰਨਾ ਡਟ ਕੇ ਬੋਲਿਆ ਜਾਂ ਲੜਿਆ ਅਤੇ ਬਹੁਤ ਘੱਟ ਲੋਕ ਲੜੇ ਇਹਦਾ ਮਤਲਬ ਇਹ ਹੈ ਅਤੇ ਅੱਜ ਤਾਂ ਲੋਕ ਆਹ ਹੁਣ 370 'ਤੇ ਆਪਾਂ ਦੇਖਿਆ ਹੀ ਹੈ ਕਿੰਨੇ ਕੁ ਬੰਦੇ ਜੇ ਨਹੀਂ ਵੀ ਹੈ ਆਜ਼ਾਦੀ ਲਈ ਕਿੰਨੇ ਕੁ ਬੰਦੇ ਬੋਲ ਰਹੇ ਨੇ ਤਾਂ ਇਹੀ ਕਾਰਨ ਹੈ ਕਿ ਆਜ਼ਾਦੀ ਦੇ ਲਈ ਬੋਲਣ ਵਾਲੇ ਫਰੀਡਮ ਆਫ ਸਪੀਚ ਫਰੀਡਮ ਲਾਅ ਦੀ ਜਿਹੜੀ ਲਾਅ ਦੇ ਮੁਤਾਬਕ ਦੇਸ਼ ਨੂੰ ਚਲਾਉਣ ਵਾਲੇ ਬੰਦੇ ਜਿਹੜੇ ਨੇ ਉਹ ਚਾਹੀਦੇ ਨੇ ਦੇਸ਼ ਨੂੰ ਜਿਹਨਾਂ 'ਚੋਂ ਇੱਕ ਬੰਦਾ ਚਲਿਆ ਗਿਆ ਸਾਨੂੰ ਵੱਡਾ ਦੁੱਖ ਹੈ ਇਸ ਗੱਲ ਜੀ ਵਾਲੇ ਸਭ ਖ਼ਬਰਾਂ ਦਾ ਸਿਲਸਿਲਾ ਅਸੀਂ ਅੱਗੇ ਵਧਾਈਏ ਤਾਂ ਆਸਟ੍ਰੇਲੀਆ ਵਿੱਚ ਤਰਨ ਤਾਰਨ ਜ਼ਿਲ੍ਹੇ ਦੇ ਪੰਜਾਬੀ ਨੌਜਵਾਨ ਦੀ ਦੋਸਤਾਂ ਵੱਲੋਂ ਚਾਕੂ ਮਾਰ ਕੇ ਹੱਤਿਆ ਦਾ ਮਾਮਲਾ ਧੂੰਦਾ ਪਿੰਡ ਹੈ ਉੱਥੋਂ ਦਾ ਮੁੰਡਾ ਸੀ ਜੀ ਸਟੱਡੀ ਵੀਜ਼ੇ 'ਤੇ ਗਿਆ ਆਸਟ੍ਰੇਲੀਆ ਜਿਹੜੇ ਸਾਡੇ ਮੁੰਡੇ ਜਾਂਦੇ ਨੇ ਇਹ ਇਕੱਠੇ ਰਹਿੰਦੇ ਨੇ ਰਹਿਣਾ ਵੀ ਚਾਹੀਦਾ ਕਨੇਡਾ 'ਚ ਤਾਂ ਹੁਣ ਥੋੜ੍ਹੀ ਪ੍ਰੋਬਲਮ ਆ ਗਈ ਇਕੱਠਿਆਂ ਨੂੰ ਬੇਸਮਿੰਟ ਨਹੀਂ ਦੇ ਰਹੇ ਖਰਮਸਤੀ ਕਰਦੇ ਨੇ ਜੀ ਦਾਰੂ ਪੀ ਲੈਂਦੇ ਨੇ ਗੰਦ ਪਾਉਂਦੇ ਨੇ ਲੜਾਈ ਝਗੜੇ ਕਰਦੇ ਨੇ ਆਪਾਂ ਦੇਖਿਆ ਬੜਾ ਵੱਡਾ ਸਿਲਸਿਲਾ ਚੱਲਿਆ ਸੀ ਫੇਸਬੁੱਕ 'ਤੇ ਬ੍ਰੈਂਪਟਨ 'ਤੇ ਜਿਹੜੀ ਲੜਾਈ ਹੋਈ ਸੀ ਉੱਥੋਂ ਦੇ ਪੁਰਾਣੇ ਲੋਕਾਂ ਦਾ ਅਤੇ ਨਵੇਂ ਮੁੰਡਿਆਂ ਦਾ ਤਾਂ ਇਹਦਾ ਮਤਲਬ ਕਿ ਲੜਾਈ ਇੱਥੇ ਵੀ ਹੁੰਦੀ ਹੈ ਆਸਟ੍ਰੇਲੀਆ 'ਚ ਵੀ ਸ਼ੁਰੂ ਹੋ ਗਿਆ ਕੰਮ ਇਹ ਮੁੰਡਾ ਗਿਆ ਹੋਇਆ ਤਿੰਨ ਚਾਰ ਦੋਸਤਾਂ ਨਾਲ ਇੱਕ ਕਮਰੇ 'ਚ ਰਹਿੰਦਾ ਬਲਕਿ ਉਹ ਜਿਹੜਾ ਘਰ ਆ ਉਹ 'ਚ 10 ਦੋਸਤ ਇਕੱਠੇ ਰਹਿੰਦੇ ਸੀ ਅਲੱਗ ਅਲੱਗ ਇੱਕ ਘਰ ਲੈ ਲਓ ਅਤੇ ਉਹਨੂੰ ਤੁਸੀਂ ਸ਼ੇਅਰ ਕਰ ਲਓ ਹੁਣ ਸ਼ੇਅਰ ਕਰਨ ਦਾ ਰਿਵਾਜ਼ ਅਸਲ ਲਿਵਿੰਗ ਰਿਲੇਸ਼ਨਸ਼ਿਪ ਵੀ ਉੱਥੇ ਸ਼ੁਰੂ ਹੁੰਦਾ ਨਾ ਵੀ ਚਲੋ ਖਰਚਾ ਘੱਟ ਹੋਊਗਾ ਇਹ ਜਿਹੜਾ ਮੁੰਡਾ ਜਿਹਦੀ ਡੈਥ ਹੋਈ ਹੈ ਇਹਦਾ ਤਕਰਾਰ ਹੋ ਗਿਆ ਕਿਸੇ ਹੋਰ ਦੂਜੇ ਮੁੰਡੇ ਨਾਲ ਅਤੇ ਹੋ ਸਕਦਾ ਹੁਣ ਇਹ ਤਾਂ ਆਪਾਂ ਨੂੰ ਨਹੀਂ ਪਤਾ ਵੀ ਉਹ ਦਾਰੂ ਪੀਂਦੇ ਸੀ ਕਿਉਂ ਤਕਰਾਰ ਹੋਇਆ ਕਿਸ ਗਲਤ ਲੇਕਿਨ ਉਸ ਲੜਾਈ ਦਾ ਨਤੀਜਾ ਨਿਕਲਿਆ ਉਹ ਦੂਜੇ ਮੁੰਡੇ ਨੇ ਇਹਦੇ ਚਾਕੂ ਮਾਰਿਆ ਔਰ ਚਾਕੂ ਮਾਰ ਕੇ ਇਸ ਦੀ ਜਾਨ ਚਲੇ ਗਈ ਮਾਪੇ ਭੇਜਦੇ ਨੇ ਆਸਟ੍ਰੇਲੀਆ ਜਾਣ ਲਈ ਜਾਂ ਵਿਦੇਸ਼ ਜਾਣ ਲਈ ਆਈਲੈਟਸ ਕਰੋ ਮਿਹਨਤ ਕਰੋ ਫੀਸ ਇਕੱਠੀ ਕਰੋ ਅਤੇ ਜੇ ਅਸੀਂ ਜਿਹੜੇ ਜਿੰਨਾ ਕੁਛ ਇਹ ਫੰਡ ਦਿਖਾਉਂਦੇ ਨੇ ਨਾ ਲੋਕ ਅਤੇ ਉਹ ਤੋਂ ਲੱਗਦਾ ਪੰਜਾਬ ਬਹੁਤ ਅਮੀਰ ਹੈ ਇਹਨਾਂ ਨੇ ਬੈਂਕਾਂ 'ਚੋਂ ਜਿਹੜਾ ਦਿਖਾਉਣ ਲਈ ਕਿੰਨੇ ਝੂਠ ਬੋਲਣੇ ਪੈਂਦੇ ਨੇ ਇਹ ਸਾਰਾ ਕੁਛ ਕਰਕੇ ਤੁਹਾਡੇ ਮਾਪੇ ਤੁਹਾਨੂੰ ਉੱਥੇ ਭੇਜਦੇ ਨੇ ਅਤੇ ਫਿਰ ਉੱਥੇ ਜਾ ਕੇ ਅਸੀਂ ਕੀ ਕਰਦੇ ਹਾਂ ਇਹ ਤੁਸੀਂ ਦੇਖ ਹੀ ਲਓ ਤਾਂ ਇਹ ਸਾਰਾ ਜਿਹੜਾ ਸਿਸਟਮ ਹੈ ਇਹ 'ਚ ਸਾਨੂੰ ਬਹੁਤ ਗੰਭੀਰ ਹੋ ਕੇ ਸੋਚਣ ਦੀ ਲੋੜ ਹੈ ਅਤੇ ਸਾਨੂੰ ਜਿਨ੍ਹਾਂ ਨੇ ਆਪਣੇ ਬੱਚੇ ਤਾਂ ਹੁਣ ਸਾਰੇ ਕਨੇਡਾ ਆਸਟ੍ਰੇਲੀਆ ਅਮਰੀਕਾ ਹੁਣ ਅਮਰੀਕਾ ਵੀ ਘੱਟ ਗਿਆ ਇੰਗਲੈਂਡ ਤਾਂ ਹੁਣ ਜਾ ਹੀ ਨਹੀਂ ਰਹੇ ਜਾਣਾ ਚਾਹੀਦਾ ਵੀ ਨਹੀਂ ਉੱਥੇ ਜਗ੍ਹਾ ਹੀ ਨਹੀਂ ਹੈ ਤਾਂ ਇੱਧਰ ਨੂੰ ਜਿਹੜਾ ਹੈ ਮੂੰਹ ਕੀਤਾ ਹੋਇਆ ਜਾਓ ਜੰਮ ਜਾਓ ਪਰ ਭਾਈ ਜਿਸ ਕੰਮ ਲਈ ਜਾਂਦੇ ਹੋ ਇਹ ਵੀ ਪਤਾ ਵੀ ਤੁਸੀਂ ਪੜ੍ਹ ਨਹੀਂ ਜਾਂਦੇ ਪੀ ਆਰ ਲੈਣ ਲਈ ਜਾਂਦੇ ਹੋ ਇਸ ਮੁੰਡੇ ਨੂੰ ਪੀ ਆਰ ਮਿਲਣ ਵਾਲੀ ਸੀ ਅਤੇ ਪੀ ਆਰ ਨੂੰ ਸੈਲੀਬ੍ਰੇਟ ਕਰਨ ਲਈ ਸਾਰੇ ਤਿਆਰ ਸੀ ਵੀ ਹੁਣ ਬੜੇ ਪੱਕਾ ਹੋ ਜਾਣਾ ਸਾਡੇ ਉਹਨੇ ਤਾਂ ਸਭ ਦੇ ਸੁਪਨੇ ਚੱਕਣਾ ਚੂਰ ਹੋ ਗਏ ਤਾਂ ਇਹ ਸੁਪਨੇ ਚੱਕਣਾ ਚੂਰ ਨਾ ਹੋਣ ਮਾਪਿਆਂ ਦੇ ਬੱਚਿਆਂ ਨੂੰ ਖਿਆਲ ਰੱਖਣਾ ਚਾਹੀਦਾ ਛੋਟੀਆਂ ਛੋਟੀਆਂ ਗੱਲਾਂ 'ਤੇ ਨਹੀਂ ਝਗੜਨਾ ਚਾਹੀਦਾ ਜਿਸ ਏਮ ਲਈ ਗਏ ਨਾ ਆਪਣੇ ਘਰੋਂ ਦੂਰ ਜਾ ਰਹੇ ਹੋ ਮਾਪਿਆਂ ਤੋਂ ਦੂਰ ਜਾ ਰਹੇ ਹੋ ਦੋਸਤਾਂ ਤੋਂ ਦੂਰ ਜਾ ਰਹੇ ਹੋ ਪੰਜਾਬ ਤੋਂ ਦੂਰ ਜਾਂਦੇ ਹੋ ਅਤੇ ਉੱਥੇ ਜਾ ਕੇ ਕੋਈ ਚੰਗੀ ਜਿਹੜੀ ਹੈ ਗੱਲ ਹੀ ਵਾਪਰੇ ਤਾਂ ਚੰਗੀ ਗੱਲ ਹੈ ਨਹੀਂ ਤਾਂ ਫਿਰ ਦੁੱਖ ਵਾਲੀਆਂ ਖਬਰਾਂ ਬਹੁਤ ਦੁਖੀ ਕਰਦੀਆਂ ਨੇ ਜੀ ਸਭ ਕਾਰ ਅਤੇ ਆਟੋ ਦੀ ਟੱਕਰ ਮੋਹਾਲੀ ਵਿੱਚ ਹਾਦਸਾ ਹੋਇਆ ਦੇਖੋ ਟੱਕਰ ਤਾਂ ਬਰੇਜਾ ਦੀ ਹੋਈ ਹੈ ਆਟੋ ਨਾਲ ਪਰ ਰੌਲਾ ਹੋਈ ਹੈ ਜਿਹੜਾ ਮੈਂ ਵਾਰ ਵਾਰ ਕਹਿਣਾ ਕਿ ਹੁਣ ਚਾਰ ਬੰਦੇ ਤੁਰ ਗਏ 8 ਜ਼ਖਮੀ ਨੇ ਸਾਰੇ ਬਿਹਾਰੀ ਨੇ ਹੁਣ ਮੈਨੂੰ ਦੱਸੋ ਵੀ ਆਟੋ ਦੇ ਵਿੱਚ ਕਿੰਨੇ ਬੰਦੇ ਬੈਠਦੇ ਨੇ ਇੱਕ ਆਟੋ 'ਚ ਇੰਨੇ ਬੰਦੇ ਕਿਉਂ ਬਿਠਾ ਕੇ ਚੱਲਿਆ ਸੀ ਉਹ ਨੰਬਰ 1 ਕਾਰ ਬਰੇਜਾ ਆ ਰਹੀ ਹੈ ਸਿੱਧੀ ਟੱਕਰ ਹੋ ਰਹੀ ਹੈ ਚੱਕਰ ਕੀ ਹੈ ਜੀ ਰੋਂਗ ਸਾਈਡ ਕੌਣ ਸੀ ਟ੍ਰੈਫਿਕ ਨਿਯਮ ਤੋੜਨਾ ਦੋਨੇ ਪਾਸਿਓਂ ਲੱਗਦਾ ਕਿਸੇ ਦੀ ਓਵਰ ਸਪੀਡ ਹੋ ਸਕਦੀ ਹੈ ਜਿਵੇਂ ਸੁਣਿਆ ਕਾਰ ਤੇਜ਼ ਸੀ ਲੇਕਿਨ ਇਹ ਵੀ ਠੀਕ ਨਹੀਂ ਸੀ ਨਾ
ਇਹ ਟ੍ਰੈਫਿਕ ਨਿਯਮ ਤੋੜਿਆ, ਇੰਨੇ ਬੰਦੇ ਬਿਠਾਉਣ ਦਾ ਕੀ ਮਤਲਬ? ਬਿਲਕੁਲ ਜੀ। ਤੋ ਇਹ ਸਾਰੀਆਂ ਗੱਲਾਂ ਅਸੀਂ ਵਾਰ ਵਾਰ ਖਬਰਾਂ 'ਚ ਇਹ ਕਹਿੰਦੇ ਹਾਂ ਕਿ ਸਾਨੂੰ ਇਹ ਖਿਆਲ ਰੱਖਣ ਦੀ ਲੋੜ ਹੈ, ਪਰ ਹੈਰਾਨੀ ਤਾਂ ਇਸ ਗੱਲ ਦੀ ਹੈ, ਇਹ ਤਾਂ ਚਲੋ ਸੀ, ਇੱਥੇ ਛੋਟੇ ਛੋਟੇ ਬੱਚੇ ਤੂੜ ਕੇ ਲੈ ਕੇ ਜਾਂਦੇ, ਮੈਂ ਹਰ ਰੋਜ਼ ਜਦੋਂ ਸਟੂਡੀਓ ਆਉਂਦਾ ਤੂੜ ਕੇ, ਉਵੇਂ ਮਤਲਬ ਬੱਚੇ ਤੇ ਬੱਚਾ ਬਿਠਾ ਕੇ ਲੈ ਕੇ ਜਾਂਦੇ ਨੇ ਸਕੂਲ ਦੇ ਵਿੱਚ, ਔਰ ਜਿਹੜਾ ਪਹਿਲਾ ਬੱਚਾ ਬੈਠਦਾ ਉਹਨੂੰ ਮੇਰਾ ਖਿਆਲ ਹੈ ਘੰਟਾ ਘੁਮਾਉਂਦੇ ਨੇ, ਕਿਉਂਕਿ ਉਹਨੇ ਕਿਸੇ ਨੂੰ ਕਿਤੋਂ ਚੱਕਣਾ, ਕਿਸੇ ਨੂੰ ਕਿਤੋਂ ਚੱਕਣਾ। ਤੁਸੀਂ ਬਹੁਤ ਸਾਰੇ ਵੱਡੇ ਕੰਟਰੀ ਦਾ ਖਿਆਲ ਕਰੀਏ, ਉਹਨਾਂ ਦੇ 3-4 ਕਿਲੋਮੀਟਰ ਦੇ ਏਰੀਏ 'ਚ ਹੀ ਸਕੂਲ ਹੁੰਦਾ, ਸਾਡੇ ਵੀ ਹੋਣਗੇ, ਲੇਕਿਨ ਅਸੀਂ ਦਿਖਾਵਾ ਅੰਗਰੇਜ਼ੀ ਸਕੂਲਾਂ 'ਚ ਪੜ੍ਹਾਉਣਾ ਬਹੁਤ ਕੁਛ ਕਰ ਰਹੇ ਹਾਂ, ਸਰਕਾਰੀ ਸਕੂਲਾਂ ਨੂੰ ਨਿਗਲੈਕਟ ਕਰਦੇ ਹਾਂ। ਚਲੋ ਇਹ ਗੱਲ ਕਦੇ ਫੇਰ ਕਰਾਂਗੇ, ਲੇਕਿਨ ਜੋ ਕੁਛ ਮੋਹਾਲੀ 'ਚ ਵਾਪਰਿਆ ਦੁੱਖ ਵਾਲੀ ਗੱਲ ਹੈ, ਉਹ ਵੀ ਵਿਚਾਰੇ ਬਿਹਾਰ ਤੋਂ ਰੁਜ਼ਗਾਰ ਦੇ ਲਈ ਇੱਥੇ ਆਏ, ਔਰ ਬਾਕੀ 8 ਜ਼ਖਮੀ ਪਏ ਨੇ, 4 ਤੁਰ ਗਏ, ਲਗਭਗ ਇੱਕੋ ਪਿੰਡ ਦੇ ਸੀ। ਬਿਲਕੁਲ। ਤੋ ਵਿਚਾਰੇ ਤੁਰ ਗਏ, ਦੁੱਖ ਦੀ ਗੱਲ ਹੈ। ਓਵਰਲੋਡ ਹਾਦਸਿਆਂ ਦਾ ਕਾਰਨ ਤੇ ਵਾਲਾ ਸਭ, ਉੱਧਰ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਕਹਿ ਰਹੇ ਨੇ ਕਿ ਸਖ਼ਤ ਟ੍ਰੈਫਿਕ ਨਿਯਮਾਂ ਦਾ ਟੀਚਾ ਹੀ ਜਿਹੜਾ ਸੜਕ ਹਾਦਸਿਆਂ ਨੂੰ ਰੋਕਣ ਦਾ। ਇਹੀ ਹੈ ਜਿਹੜੀ ਉਹਨੇ ਕਿਹਾ ਜੀ, ਤੁਸੀਂ ਬਿਲਕੁਲ ਠੀਕ ਖਬਰ ਲਈ ਹੈ। ਹੁਣ ਕੀ ਹੈ, ਕਾਂਗਰਸ ਸਰਕਾਰਾਂ ਵਾਲੀਆਂ ਸਟੇਟਾਂ ਕਹਿੰਦੀਆਂ ਅਸੀਂ ਨਹੀਂ ਲਾਗੂ ਕਰਨੇ, ਪੰਜਾਬ ਵੀ ਨਹੀਂ ਕਹਿੰਦਾ, ਕਹਿੰਦੇ ਅਸੀਂ ਨਹੀਂ ਲਾਗੂ ਕਰਨੇ। ਹੁਣ ਰੌਲਾ ਇਹ ਪੈ ਗਿਆ ਕਿ ਇਹ ਇਹਨਾਂ ਦੀ ਮਰਜ਼ੀ ਹੈ ਲਾਗੂ ਕਰਨਾ ਕਿ ਨਹੀਂ ਹੈ, ਅਤੇ ਕਈ ਹੁਣ ਇੰਟਰਪ੍ਰੀਟੇਸ਼ਨ ਆ ਰਹੇ ਹੈ ਕਿ ਇਹ ਜਿਹੜਾ ਕਾਨੂੰਨ ਹੈ ਲਾਗੂ ਕਰਨਾ ਹੀ ਪਏਗਾ, ਇਹ 'ਚ ਵਧਾ ਸਕਦੇ ਨੇ, ਘਟਾ ਨਹੀਂ ਸਕਦੇ। ਹੁਣ ਲੌਜਿਕ ਕੀ ਹੈ, ਇਹ ਜੁਰਮਾਨਾ ਜ਼ਿਆਦਾ ਹੈ, ਵੀ ਜੁਰਮਾਨਾ ਘੱਟ ਹੈ ਫਿਰ ਮਤਲਬ ਤੁਸੀਂ ਪਰਵਾਹ ਨਹੀਂ ਕਰਦੇ। ਹੁਣ ਹਾਲਤ ਇਹ ਹੈ ਕਿ ਇੱਕ 48,000 ਰੁਪਈਆ ਕਿਸੇ ਨੂੰ ਹੋਇਆ ਜੁਰਮਾਨਾ, ਉਹਨੂੰ ਪੁੱਛਿਆ ਕਿ ਤੇਰੇ ਕੋਲ ਲਾਇਸੈਂਸ ਹੈ ਨਹੀਂ ਜੀ, ਗੱਡੀ ਦੇ ਕਾਗਜ਼ ਹੈ ਨਹੀਂ ਜੀ, ਤੇਰਾ ਮਤਲਬ ਹੈਲਮਟ ਕਿੱਥੇ ਹੈ ਨਹੀਂ ਜੀ। ਹੁਣ ਕੋਈ ਚੀਜ਼ ਤਾਂ ਹੋਵੇ ਨਹੀਂ ਹੈ, ਅਤੇ ਉਹਦੇ ਜੁਰਮਾਨੇ ਜੋੜ ਕੇ ਦੇਖਿਆ, ਉਹ ਕਹਿੰਦਾ ਇਹ ਹੀ ਚੱਕ ਲਓ, ਮੋਟਰਸਾਈਕਲ ਚੱਕ ਲਓ ਮੇਰਾ। ਤੋ ਹੁਣ ਇਹ ਜੁਰਮਾਨੇ ਐਂ ਹੋਣਗੇ, ਮਤਲਬ ਕਿਸਨੇ ਕਦੇ ਸੋਚਿਆ ਕਿ ਸ਼ਾਮ ਨੂੰ ਸੜਕ 'ਤੇ ਜਿਸ ਤਰ੍ਹਾਂ ਤੂੜੀ ਦੇ ਭਰੇ ਟਰੱਕ ਜਾਂਦੇ ਨੇ, ਐਂ ਡਰ ਲੱਗਦਾ ਵੀ ਉੱਤੇ ਡਿੱਗ ਪਿਆ, ਅਤੇ ਡਿੱਗੇ ਵੀ ਨੇ ਬਹੁਤ ਵਾਰ ਜੀ। ਤੋ ਇਹ ਸਾਰਾ ਕੁਛ ਜੇ ਰੋਕਣਾ ਤਾਂ ਇੰਨਾ ਜੁਰਮਾਨੇ ਤੋਂ ਡਰਨਗੇ ਲੋਕ। ਜੇ ਜਦੋਂ ਅਸੀਂ ਕੰਪੈਰੀਜ਼ਨ ਕਰਦੇ ਹਾਂ ਅਮਰੀਕਾ ਕੈਨੇਡਾ ਨਾਲ, ਤਾਂ ਸਾਡੇ ਜੁਰਮਾਨੇ ਕੋਈ ਜ਼ਿਆਦਾ ਨਹੀਂ ਹੈ, ਉੱਥੇ ਤਾਂ ਇੱਦੂ ਵੀ ਜ਼ਿਆਦਾ, ਉੱਥੇ ਤਾਂ ਲਾਇਸੈਂਸ ਕੈਂਸਲ ਕਰਦੇ, ਇੱਥੇ ਦੁੱਖ ਹੈ ਵੀ ਸਾਡਾ ਲਾਇਸੈਂਸ ਪੁੱਛਦਾ ਕੌਣ ਹੈ। ਲੇਕਿਨ ਨਿਤਿਨ ਗਡਕਰੀ ਸਾਹਿਬ ਇਹ ਗੱਲ ਬਿਲਕੁਲ ਠੀਕ ਕਹਿ ਰਹੇ ਨੇ ਕਿ ਜੇ ਅਸੀਂ ਸੜਕ ਹਾਦਸੇ ਰੋਕਣੇ ਨੇ ਤਾਂ ਸਾਨੂੰ ਇਹ ਜਿਹੜਾ ਨਵਾਂ ਮੋਟਰ ਵਹੀਕਲ ਐਕਟ ਹੈ ਇਹਦੇ ਮੁਤਾਬਕ ਹੀ ਹਿੰਦੁਸਤਾਨ ਨੂੰ ਚੱਲਣਾ ਪਏਗਾ। ਇਹ 'ਚ ਵਾਧਾ ਕਰਨਾ ਕਰ ਲਓ, ਘਟਾਓ ਨਾ, ਨਹੀਂ ਸਾਡੇ ਤਾਂ ਰਾਈਟ ਬਣਦੇ ਨੇ ਦਾਰੂ ਪੀ ਕੇ ਗੱਡੀ ਚਲਾਉਣਾ, ਮਤਲਬ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਅੱਛਾ ਜੇ ਫੜ ਲੈਂਦੇ ਨੇ ਤਾਂ 500 ਰੁਪਈਆ ਵੱਧ ਤੋਂ ਵੱਧ ਤੁਸੀਂ ਫੜਾਓ ਅਤੇ ਛੱਡ ਦਿਓ। ਭ੍ਰਿਸ਼ਟਾਚਾਰ ਹੈ, ਇਹਨੂੰ ਬੰਦ ਕਰਨ ਦੀ ਲੋੜ ਹੈ, ਔਰ ਇਹ ਦੇਖਦੇ ਹਾਂ ਕਿ ਕਿੰਨੀ ਸਖਤੀ ਨਾਲ ਕਾਨੂੰਨ ਲਾਗੂ ਹੁੰਦੇ ਨੇ, ਹੋਣੇ ਚਾਹੀਦੇ ਨੇ ਜੀ। ਪਰ ਅਸੀਂ ਉੱਧਰ ਇਸਰੋ ਦੀਆਂ ਉਮੀਦਾਂ ਜਿਹੜੀਆਂ ਖਤਮ ਨਹੀਂ ਹੋਈਆਂ ਨੇ, ਚੰਦਰਮਾ ਦੀ ਸਤਹ 'ਤੇ ਵਿਕਰਮ ਲੈਂਡਰ ਦਾ ਪਤਾ ਲੱਗਿਆ ਪਰ ਅਜੇ ਤੱਕ ਸੰਪਰਕ ਨਹੀਂ ਹੋ ਪਾਇਆ, ਅਤੇ ਉੱਧਰ ਔਰਬਿਟਰ ਨੇ ਥਰਮਲ ਇਮੇਜ ਕੈਮਰੇ ਤੋਂ ਉਸਦੀ ਤਸਵੀਰਾਂ ਜਿਹੜੀਆਂ ਭੇਜੀਆਂ ਨੇ। ਦੇਖੋ ਔਰਬਿਟਰ ਜਿਹੜਾ ਹੈ ਉਹਨੇ ਉਹਦੇ ਕੋਲ ਫਿਊਲ ਹੈਗਾ ਕਈ ਸਾਲ ਦਾ ਜੀ, ਲੇਕਿਨ 1 ਸਾਲ ਦਾ ਇਹਨਾਂ ਨੇ ਰੱਖਿਆ, ਸ਼ਾਇਦ 1 ਸਾਲ ਐਕਸਟੈਂਡ ਕਰਦੇ ਨੇ। ਔਰਬਿਟਰ ਜਿਹੜਾ ਘੁੰਮ ਰਿਹਾ ਹੈ ਚੰਦ ਦੀ ਸਤ੍ਹਾ ਦੇ ਦੁਆਲੇ, ਕੈਮਰੇ ਲੱਗੇ ਨੇ, ਅਤੇ ਜਿਹੜਾ ਵਿਕਰਮ ਸਾਰਾਭਾਈ ਦੇ ਨਾਂ 'ਤੇ ਵਿਕਰਮ ਲੈਂਡਰ ਜਿਹੜਾ ਜਿਹਨੇ ਲੈਂਡ ਕਰਨਾ ਸੀ ਉਹਦੇ 'ਚ ਰੋਵਰ ਨੇ ਨਿਕਲਣਾ ਸੀ, ਠੀਕ ਹੈ। ਉਹ ਲੈਂਡਰ ਸੋਫਟ ਲੈਂਡਿੰਗ ਸੀ ਕਿ ਐਡੀ ਦੇਖੋ ਧਰਤੀ ਤੋਂ ਗਿਆ, ਆਪਾਂ ਕੋਈ ਚੀਜ਼ ਥੱਲੇ ਸੁੱਟਦੇ ਹਾਂ ਆਪਾਂ ਵੀ ਬਹੁਤ ਜੇ ਧੱਕੇ ਨਾ ਲੱਗੂ ਤਾਂ ਖਰਾਬ ਹੋਜੂ, ਕ੍ਰੈਸ਼ ਹੋਜੂ, ਉਹਨੂੰ ਸੋਫਟ ਲੈਂਡਿੰਗ ਕਰਾਉਣੀ ਸੀ, ਉਹ ਨਹੀਂ ਹੋਈ। ਹੁਣ ਇਸਰੋ ਦਾ ਚੇਅਰਮੈਨ ਕਹਿੰਦਾ ਕਿ ਲੱਗਦਾ ਹੈ ਉੱਥੇ ਹਾਰਡ ਲੈਂਡਿੰਗ ਹੋ ਗਈ, ਮਤਲਬ ਉਹ ਲੈਂਡਿੰਗ ਕੀ ਉਹ ਡਿੱਗ ਪਿਆ ਸਮਝੋ ਉੱਥੇ, ਇਹ ਕਹਿਣ ਦਾ ਮਤਲਬ ਹੈ ਕਿ ਉਹ ਚੰਦ ਦੀ ਸਤ੍ਹਾ 'ਤੇ ਚੰਦ ਦੀ ਧਰਤੀ 'ਤੇ ਸਾਡਾ ਚੰਦਰਯਾਨ ਤਾਂ ਪਹੁੰਚ ਗਿਆ ਪਰ ਉਹ ਆਰਾਮ ਨਾਲ ਨਹੀਂ ਉਤਰਿਆ, ਠੀਕ ਹੈ। ਹੁਣ ਉਹ ਇਹ ਹੈ ਕਿ ਕਹਿੰਦੇ ਅਸੀਂ ਸੰਪਰਕ ਜੋੜਨ ਦੀ ਗੱਲ ਕਰ ਰਹੇ ਹਾਂ, ਫੋਟੋ ਭੇਜਤੀ ਉਹਨੇ,
ਉਹਨੇ ਦਿਖਾਤਾ ਵੀ ਆ ਪਿਆ ਜੀ। ਹੁਣ ਉਹਦੇ ਵਿੱਚੋਂ ਜਿਹੜੀ ਮਸ਼ੀਨ ਪ੍ਰਗਿਆਨ ਹੈ ਜਿਹੜੀ, ਉਹਨੇ ਜਿਹੜਾ ਕੰਮ ਕਰਨਾ ਸੀ ਉਹਦੇ ਨਾਲ ਸੰਪਰਕ ਜੋੜਨ ਦੀ ਗੱਲ ਹੈ। ਜੇ ਜੁੜ ਜਾਂਦਾ, ਜੇ ਉਹ ਕਾਮਯਾਬ ਹੈ, ਹਾਲੇ ਬਚਿਆ ਹੋਇਆ, ਤਾਂ ਫਿਰ ਤਾਂ ਸਮਝੋ ਵੀ ਜਿੱਤ ਲਿਆ। ਲੇਕਿਨ ਜਿੱਤਣ ਵਾਲੀ ਉਹ ਗੱਲ ਹੈ, ਜੇ ਨਾਸਾ ਵਰਗੀ ਏਜੰਸੀ ਐਪਰੀਸ਼ੀਏਟ ਕਰ ਸਕਦੀ ਹੈ ਅਮਰੀਕਾ ਦੀ, ਤਾਂ ਸਮਝੋ ਵੀ ਜਿਹੜਾ ਚੰਦਰਯਾਨ 2 ਹੈ ਇਹ ਕਿਸ ਦਾ ਸਫਲ ਹੀ ਹੋਇਆ। ਇਹ ਅਸਫਲ ਨਾ ਮੰਨਿਆ ਜਾਵੇ। ਅਸੀਂ ਪਹਿਲਾਂ ਵੀ ਕਿਹਾ ਕਿ ਇਹ ਚੱਲਦਾ ਰਹਿੰਦਾ ਇਸ ਤਰ੍ਹਾਂ ਦਾ, ਲੇਕਿਨ ਫਿਰ ਵੀ ਬਹੁਤ ਕੁਛ ਇਹ ਤੋਂ ਸਾਨੂੰ ਮਿਲੂਗਾ ਜੀ। ਬਸ ਖਬਰਾਂ ਹਜੇ ਹੋਰ ਸਨ, ਪਰ ਸਮੇਂ ਦੀ ਸਾਡੇ ਕੋਲ ਘਾਟ ਹੈ। ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ, ਉਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਦਰਸ਼ਕੋ, ਤੁਸੀਂ ਦੇਖ ਰਹੇ ਸੀ ਪ੍ਰੋਗਰਾਮ ਖਬਰ ਦੀ ਨਜ਼ਰ ਵਿਦ ਡਾਕਟਰ ਹਰਜਿੰਦਰ ਵਾਲੀਆ। ਤੁਹਾਨੂੰ ਸਾਡਾ ਸ਼ੋਅ ਕਿਸ ਤਰ੍ਹਾਂ ਦਾ, ਆਪਣੀ ਫੀਡਬੈਕ ਦੇਣਾ ਭੁੱਲਣਾ। ਕੱਲ੍ਹ ਫਿਰ ਹਾਜ਼ਰ ਹੋਵਾਂਗੇ, ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।